ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਐਨਕਾਊਂਟਰ ਹੋਇਆ ਜਿਸ ਦੇ ਵਿੱਚ 3 ਨੂੰ ਕਾਬੂ ਕੀਤਾ ਗਿਆ। ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਤਾੜ-ਤਾੜ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ 3 ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਜਲੰਧਰ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਮੁੱਠਭੇੜ ਹੋਈ ਹੈ। ਪੁਲਿਸ ਨੇ ਗੈਂਗਸਟਰ ਚਿੰਟੂ ਸਮੇਤ 3 ਨੂੰ ਗ੍ਰਿਫਤਾਰ ਕੀਤਾ। ਕਿਹਾ ਜਾ ਰਿਹਾ ਕਿ ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਪੁਲਿਸ ਦੇ ਉੱਤੇ ਹੀ ਫਾਇਰਿੰਗ ਕਰ ਦਿੱਤੀ। ਜਦੋਂ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਉਸਦੇ ਵਿੱਚ ਕਿਹਾ ਜਾ ਰਿਹਾ ਕਿ 3 ਨੂੰ ਕਾਬੂ ਕਰ ਲਿਆ ਗਿਆ। ਗੈਂਗਸਟਰ ਤੇ ਉਸਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਮੁਲਜ਼ਮ ਜੋ ਸੀ ਉਹ ਸਾਜਨ ਨਾਂ ਦੇ ਸ਼ਖਸ ਦੇ ਘਰ ਦੇ ਵਿੱਚ ਪਨਾਹ ਲੈ ਕੇ ਰਹਿ ਰਹੇ ਸੀ। ਜਦੋਂ ਪੁਲਿਸ ਨੂੰ ਇਸਦੀ ਗੁਪਤ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ਦੇ ਉੱਤੇ ਰੇਡ ਕਰਕੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਇਹਨਾਂ ਨੇ ਪੁਲਿਸ ਨੂੰ ਦੇਖਿਆ ਤਾਂ ਪੁਲਿਸ ਦੇ ਉੱਪਰ ਹੀ ਇਹਨਾਂ ਨੇ ਫਾਇਰਿੰਗ ਕਰ ਦਿੱਤੀ। ਹਾਲਾਂਕਿ ਜਦੋਂ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਉਸਦੇ ਵਿੱਚ 3 ਨੂੰ ਹੀ ਕਾਬੂ ਕਰ ਲਿਆ ਗਿਆ। ਸ਼ਹਿਰ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਗੈਂਗਸਟਰ ਚਿੰਟੂ ਤੇ ਪੁਲਿਸ ਨੂੰ ਇਸਦੀ ਲੰਬੇ ਸਮੇਂ ਤੋਂ ਭਾਲ ਸੀ, ਪਰ ਜਿਵੇਂ ਹੀ ਪੁਲਿਸ ਨੂੰ ਇਸਦੀ ਗੁਪਤ ਸੂਚਨਾ ਮਿਲੀ ਤਾਂ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਅਤੇ ਪਹੁੰਚਣ ਦੇ ਸਾਰ ਹੀ ਜਦੋਂ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸਦੇ 3 ਸਾਥੀਆਂ ਦੇ ਵੱਲੋਂ ਵੀ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤਾਂ 3 ਨੂੰ ਹੀ ਕਾਬੂ ਕਰ ਲਿਆ ਗਿਆ। ਤਾਂ ਜਲੰਧਰ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਮੁੱਠਭੇੜ ਹੋਈ ਹੈ ਤੇ ਮੁੱਠਭੇੜ ਤੋਂ ਬਾਅਦ ਪੁਲਿਸ ਦੇ ਵੱਲੋਂ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ। ਅੱਜ ਇੱਕ ਚਿੰਟੂ ਨਾਮ ਦਾ ਗੈਂਗਸਟਰ ਆ ਜੋ ਸ਼ਹਿਰ ਦੇ ਵਿੱਚ ਕਾਫੀ ਵਾਰ ਦਿੱਤਾ ਤੇ ਗੋਲੀਆਂ ਚਲਾਉਂਦਾ, ਲੜਾਈਆਂ ਝਗੜੇ ਕਰਦਾ ਜੀ। ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸੀਐਸ ਸਟਾਫ ਨੂੰ ਤੇ ਅਸੀਂ ਇੱਥੇ ਆਬਾਦਪੁਰੇ ਵਿੱਚ ਸਾਜਨ ਮੁੰਡਾ ਉਹਦੇ ਘਰ ਆਣ ਕੇ ਠਹਿਰੇ ਹੋਏ ਸੀ ਤੇ ਅਸੀਂ ਰੇਡ ਕੀਤਾ ਤੇ ਆ ਘਰੋਂ ਨਿਕਲ ਕੇ ਬਾਹਰ ਨਿਕਲੇ ਤੇ ਇਹਨਾਂ ਗਾੜੀਆਂ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਇਹ ਚ ਜਵਾਬੀ ਫਾਇਰਿੰਗ ਚ ਪੁਲਿਸ ਪਾਰਟੀ ਨੇ ਗੋਲੀਆਂ ਚਲਾਈਆਂ ਪਰ ਲੱਗੀ ਨੀ ਕਿਸੇ ਤੇ ਵੀ। ਕਿੰਨੇ ਫਾਇਰ ਹੋਏ ਜੀ? ਹੋਇਆ ਫਾਇਰ 5-6 ਸਾਡੇ ਵੱਲੋਂ ਹੋਇਆ, 4-5 ਉਹਨਾਂ ਵੱਲੋਂ ਹੋਇਆ ਜੀ। ਆਹ 2 ਜਾਣੇ ਤੇ ਮੌਕੇ ਤੇ ਫੜ ਲਏ ਸੀ ਤੇ 2 ਜਾਣੇ ਲੋਕ ਗਏ ਸੀ, 2 ਜਾਣੇ ਹੁਣ ਬਾਅਦ ਚ ਫੜੇ ਅਸੀਂ। ਉਹ ਪਬਲਿਕ ਨੇ ਸਾਡੇ ਆਬਾਦਪੁਰੇ ਵਾਲਿਆਂ ਨੇ ਬਹੁਤ ਸਾਥ ਦਿੱਤਾ ਗਾ, ਇੱਦਾਂ ਜੇ ਪਬਲਿਕ ਪੁਲਿਸ ਦਾ ਸਾਥ ਦਿੰਦੀ ਰਹੇ ਤੇ ਪੁਲਿਸ ਕਾਫੀ ਜ਼ਿਆਦਾ ਕ੍ਰਾਈਮ ਨੂੰ ਰੋਕ ਸਕਦੀ ਹੈ ਜੀ। ਸਰ ਟੋਟਲ ਕਿੰਨੇ ਜਣੇ? ਆਹ 4 ਜਣੇ ਆਏ, ਸਾਨੂੰ ਇਨਫੋਰਮੇਸ਼ਨ 4 ਜਾਣਿਆਂ ਦੀ ਸੀ ਜੀ। ਇਹਨਾਂ ਦੇ ਕੋਲੋਂ ਵੈਪਨ ਵੀ ਕੋਈ ਰਿਕਵਰ? ਵੈਪਨ ਵੀ ਹੋ ਗਏ ਜੀ ਰਿਕਵਰ। ਸਰ ਨਾਮ ਕੀ ਕੀ ਹੈ ਚਾਰਾਂ ਦਾ? ਮੇਨ ਜਿਹੜਾ ਇਹਨਾਂ ਦਾ ਚਿੰਟੂ ਆ, ਮੇਨ ਜਿਹੜਾ ਹੈਡ ਆ ਜੀ, ਤੇ ਬਾਕੀ ਪੁੱਛ ਗਿੱਛ ਕਰਨੀ ਆ ਜੀ, ਬਾਕੀ ਸਾਡੇ ਸੀਨੀਅਰ ਅਫਸਰ ਦੱਸਣਗੇ ਜੀ। ਜਿਹਦਾ ਘਰ ਬਣਾ ਲਈ ਸੀ ਉਹ ਸਾਜਨ ਮੁੰਡਾ ਜੀ, ਉਹਦੇ ਘਰ ਆਣ ਕੇ ਠਹਿਰੇ ਹੋਏ ਸੀ। ਸਰ ਕੋਈ ਗੱਡੀ ਬਰਾਮਦ ਹੋਈ? ਹਾਂ, ਗੱਡੀ ਇੱਕ ਆਪਣੇ ਚਿੰਟੂ ਦੀ ਗੱਡੀ ਸੀ, ਉਹ ਬਰਾਮਦ ਲੈ ਕੇ ਚੱਲੇ ਆ ਜੀ। ਲੈ ਕੇ